में जो सब तो मेन चीज़ मैनू फील हुई कि साढ़े पंजाब दे विच बहुत ही साढ़े कोल बहुत ही वधिया आर्ट हैगा ते जिहड़ी साडा जो कल्चर है वॉल पेंटिंग्स दे विच इतिहास जो सामने आ पिया हैगा ਉਹ ਉਸ ਚੀਜ਼ ਨੂੰ ਅਸੀਂ ਲੋਸਟ ਕਰਦੇ ਜਾ ਰਹੇ ਹਾਂ, ਉਸ ਚੀਜ਼ ਨੂੰ ਅਸੀਂ ਗਵਾਉਂਦੇ ਜਾ ਰਹੇ, ਕਿਉਂਕਿ ਕੋਈ ਵੀ ਕਿਸੇ ਸਰਕਾਰਾਂ ਵੱਲੋਂ ਕਿਸੇ ਕਿਸਮ ਦੀ ਉਹਨਾਂ ਨੂੰ ਫੰਡਿੰਗ ਨਹੀਂ ਕੀਤੀ ਜਾ ਰਹੀ। ਜਿਹੜਾ ਮੇਰਾ ਟੋਪਿਕ ਸੀਗਾ ਗੁਰਦੁਆਰਾ ਬੋਧੀ ਮਾਲਾ, ਜਿਵੇਂ ਮੈਂ ਤੁਹਾਨੂੰ ਦੱਸਿਆ ਫਿਰੋਜ਼ਪੁਰ ਦੇ ਵਿੱਚ ਇੱਕ ਜਗ੍ਹਾ ਹੈਗੀ ਹੈ ਅਤੇ ਉੱਥੇ ਜਦੋਂ ਮੇਰੀ ਫਸਟ ਵਿਜ਼ਿਟ ਸੀਗੀ ਤਾਂ ਉੱਥੇ ਅਪਰੋਕਸੀਮੇਟਲੀ 250-300 ਪੇਂਟਿੰਗ ਸੀਗੀਆਂ ਅਤੇ ਐਟ ਪ੍ਰੈਜੈਂਟ ਮੇਰੀ ਜੋ ਲਾਸਟ ਵਿਜ਼ਿਟ ਸੀਗੀ ਉੱਥੇ 'ਚ ਦੇਖਿਆ ਜਾਏ ਤਾਂ 100-150 ਪੇਂਟਿੰਗਸ ਰਹਿ ਰਹੀ ਹੈ। ਹਿਸਟਰੀ ਦੀ ਸਾਡੇ ਕਲਚਰ ਦੀ ਬਹੁਤ ਹੀ ਅਹਿਮ ਚੀਜ਼ਾਂ ਨੇ ਜਿਹਨਾਂ ਨੂੰ ਸਾਂਭ ਕੇ ਰੱਖਣਾ ਬਹੁਤ ਜ਼ਰੂਰੀ ਹੈ। ਅਸੀਂ ਵੈਸਟਰਨ ਦੇ ਵਿੱਚ ਦੇਖਦੇ ਹਾਂ ਬਹੁਤ ਸਾਲਾਂ ਪੁਰਾਣੇ ਹਜ਼ਾਰਾਂ ਸਾਲ ਪੁਰਾਣੀ ਬਿਲਡਿੰਗਸ ਨੂੰ ਬਹੁਤ ਸਾਂਭ ਕੇ ਰੱਖਿਆ ਜਾਂਦਾ ਅਤੇ ਸਾਡੇ ਤੋਂ 2-3 ਸਾਲ ਪੁਰਾਣੀਆਂ ਚੀਜ਼ਾਂ ਨਹੀਂ ਸਾਂਭ ਕੇ ਰੱਖੀਆਂ ਜਾਂਦੀਆਂ। ਸੋ ਇਹ ਬਹੁਤ ਵੱਡੀ ਤ੍ਰਾਸਦੀ ਹੈ ਮੈਨੂੰ ਲੱਗਦਾ ਕੌਮ ਦੀ ਕਿ ਅਸੀਂ ਆਪਣੀਆਂ ਜਿਹੜੀਆਂ ਕਿ ਬਹੁਤ ਗੁਰਦੁਆਰਾ ਸਾਹਿਬ ਹੋ ਗਏ ਔਰ ਉਹਨਾਂ ਦੇ ਵਿੱਚ ਬਣੀਆਂ ਹੋਈਆਂ ਜਿਹੜੀਆਂ ਪੇਂਟਿੰਗਸ ਨੇ ਜਿਹੜੀਆਂ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਵਿਜੂਅਲੀ ਤੌਰ 'ਤੇ ਦਿਖਾ ਸਕਦੇ। ਦੇਖੋ ਬੁੱਕਸ ਪੜ੍ਹਨੀ ਹਰ ਕਿਸੇ ਲਈ ਬਹੁਤ ਮੁਸ਼ਕਿਲ ਹੋ ਗਿਆ, ਲੇਕਿਨ ਜਦੋਂ ਅਸੀਂ ਇੱਕ ਪਿਕਚਰ ਦੇ ਤੌਰ 'ਤੇ ਵਿੱਚ ਉਹ ਚੀਜ਼ਾਂ ਤੁਹਾਡੇ ਸਾਹਮਣੇ ਆਉਂਦੀਆਂ, ਜਨਰੇਸ਼ਨ ਦੇ ਸਾਹਮਣੇ ਆਉਂਦੀਆਂ, ਉਹਨਾਂ ਨੂੰ ਪਤਾ ਲੱਗਦਾ, ਉਹਨਾਂ ਨੂੰ ਆਰਟ ਬਾਰੇ ਨੌਲੇਜ ਹੁੰਦੀ ਹੈ। ਸੋ ਇਹਨਾਂ ਚੀਜ਼ਾਂ ਨੂੰ ਸੰਭਾਲਣ ਲਈ ਬਹੁਤ ਜ਼ਿਆਦਾ ਜ਼ਰੂਰਤ ਹੈ ਅਤੇ ਉਹ ਚੀਜ਼ ਮੈਨੂੰ ਪਤਾ ਲੱਗੀ ਕਿ ਜਿਹੜੀ ਮੈਨੂੰ ਵੀ ਬਹੁਤ ਚੀਜ਼ਾਂ ਨਹੀਂ ਸੀ ਪਤਾ ਲੱਗੀਆਂ, ਕਿੱਥੇ ਕਿੱਥੇ ਵਾਲ ਪੇਂਟਿੰਗਸ ਬਣੀਆਂ ਹੋਣਗੀਆਂ, ਕਿਉਂ ਇਹ ਸਾਰੀਆਂ ਪੇਂਟਿੰਗ ਗੁਰਦੁਆਰਿਆਂ ਦੇ ਵਿੱਚ ਨਹੀਂ, ਹਿੰਦੂ ਮੈਥੋਲੋਜੀ ਦੀਆਂ ਪੇਂਟਿੰਗਸ ਨੇ ਅਤੇ ਈਵਨ ਫੋਕਲੋਰਸ ਵੀ ਸਾਰਾ ਕੁਛ ਬਣਿਆ ਹੋਇਆ, ਕਿਉਂ ਇਹ ਸਾਰੀਆਂ ਇੱਕ ਚੀਜ਼ਾਂ ਇੱਕ ਥਾਂ 'ਤੇ ਕਿਉਂ ਬਣਾਈਆਂ ਜਾਂਦੀਆਂ ਸੀ, ਇੱਕ ਆਰਟਿਸਟ ਦਾ ਕੰਸੈਪਟ ਕੀ ਹੁੰਦਾ ਸੀ, ਉਹਨਾਂ ਦੇ ਮਾਇੰਡ ਦੇ ਵਿੱਚ ਉਹਨਾਂ ਦਾ ਕੀ ਕੰਸੈਪਟ ਹੁੰਦਾ ਸੀ ਕਿ ਧਾਰਮਿਕ ਜਗ੍ਹਾ 'ਤੇ ਵੀ ਸਾਰੀ ਮੈਥੋਲੋਜੀ ਵੀ ਹੁੰਦੀ ਸੀ। ਦੈਟ ਮੀਨਸ ਉਸ ਟਾਈਮ ਦੇ ਵਿੱਚ ਇੰਨੀ ਆਪਸ ਦੇ ਵਿੱਚ ਲੋਕਾਂ 'ਚ ਪਿਆਰ ਸੀ ਅਤੇ ਉਹ ਕੱਟੜਤਾ ਨਹੀਂ ਸੀ ਕਿ ਇਹ ਸਾਡਾ ਧਰਮ ਹੈ ਅਤੇ ਇਹ ਉਹਨਾਂ ਦਾ ਧਰਮ ਹੈ, ਇੱਕ ਜਗ੍ਹਾ ਦੀ ਇੱਕ ਸੋਚ ਨੂੰ ਲੈ ਕੇ ਚੱਲਿਆ ਜਾਂਦਾ ਸੀ। ਸੋ ਉਹ ਚੀਜ਼ਾਂ ਮੈਨੂੰ ਬਹੁਤ ਵਧੀਆ ਵੀ ਲੱਗੀਆਂ ਅਤੇ ਜਦੋਂ ਉਹ ਸਾਰੀਆਂ ਚੀਜ਼ਾਂ ਉਹ ਸਾਰੀਆਂ ਮੋਨੂਮੈਂਟਸ ਅੱਜ ਅਸੀਂ ਖਰਾਬ ਹੁੰਦੇ ਹੋਏ ਦੇਖਦੇ ਹਾਂ ਅਤੇ ਸਾਂਭ ਸੰਭਾਲ ਨਹੀਂ ਦੇਖਦੇ ਤਾਂ ਬਹੁਤ ਦੁੱਖ ਹੁੰਦਾ ਕਿ ਸਰਕਾਰਾਂ ਇਹ ਚੀਜ਼ ਦੇ।